a South Asian Canadian channel. ਅੱਜ ਦੇ ਇਸ ਇਤਿਹਾਸਕ ਦਿਨ ਦੇ ਮੌਕੇ ਤੇ ਸਿਹਤ ਦੇ ਖੇਤਰ 'ਚ ਇਤਿਹਾਸਕ ਦਿਨ ਹੈ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਮੁਬਾਰਕਾਂ ਮੈਂ ਵੈਲਕਮ ਕਰਦਾ ਸਵਾਗਤ ਕਰਦਾ ਇਸ ਪਵਿੱਤਰ ਧਰਤੀ ਤੇ ਗੁਰੂਆਂ ਦੀ ਚਰਨ ਛੋਹ ਪ੍ਰਾਪਤ ਧਰਤੀ ਤੇ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦਾ ਔਰ ਸਾਡੇ ਸਿਹਤ ਮੰਤਰੀ ਬੈਠ ਜਾਓ ਮਿਲ ਕੇ ਜਾਵਾਂ ਬੈਠੋ ਬੈਠੋ ਕੋਈ ਨਹੀਂ ਬਸ ਕੋਈ ਨਹੀਂ ਬੈਠੋ ਡਾਕਟਰ ਬਲਵੀਰ ਜੀ ਔਰ ਇੱਥੋਂ ਦੇ MLA ਡਾਕਟਰ ਜਸਵੀਰ ਜੀ ਔਰ ਸਾਡੇ ਪਾਰਟੀ ਦੀ ਰੀੜ ਦੀ ਹੱਡੀ ਮੀਡੀਆ ਦੇ ਵੈਬਸਾਈਟ 'ਤੇ ਜਿੰਨੇ ਵੀ ਵਲੰਟੀਅਰ ਬੈਠੇ ਨੇ ਜਿਨ੍ਹਾਂ ਨੇ ਇਹ ਮਾਣ ਮਹਿਸੂਸ ਕਰਵਾਇਆ ਪੰਜਾਬ ਦੇ ਲੋਕਾਂ ਨੂੰ ਕਿ ਉਹਨਾਂ ਲੋਕਾਂ ਦੀ ਆਪਦੀ ਸਰਕਾਰ ਬਣ ਗਈ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਕੋਈ ਅਸੀਂ ਸ਼ਕਤੀ ਪ੍ਰਦਰਸ਼ਨ ਕਰਨੀ ਆਏ ਇਹ ਕੋਈ ਅਸੀਂ ਰਾਜਨੀਤਿਕ ਰੈਲੀ ਨਹੀਂ ਕਰਨਾ ਆਏ ਅਸੀਂ ਜਦੋਂ ਪ੍ਰਚਾਰ ਕਰ ਰਹੇ ਸੀ ਪੰਜਾਬ ਦੇ ਵਿੱਚ ਜਦੋਂ ਪ੍ਰਚਾਰ ਕਰ ਰਹੇ ਸੀ ਇਲੈਕਸ਼ਨ ਦਾ ਤਾਂ ਅਰਵਿੰਦ ਕੇਜਰੀਵਾਲ ਜੀ ਔਰ ਸਾਡੀ ਸਾਰੀ ਟੀਮ ਇੱਕ ਗਰੰਟੀ ਦੇ ਰਹੀ ਸੀ ਲੋਕਾਂ ਨੂੰ ਕਿ ਤੁਹਾਨੂੰ ਬਹੁਤ ਵਧੀਆ ਇਲਾਜ ਬਹੁਤ ਸ਼ਾਨਦਾਰ ਹਸਪਤਾਲਾਂ 'ਚ ਇਲਾਜ ਕਰਵਾਵਾਂਗੇ ਅਤੇ ਮੁਫਤ ਕਰਾਵਾਂਗੇ ਉਹਦਾ ਇੱਕ ਹਿੱਸਾ ਅੱਜ ਸ਼ੁਰੂਆਤ ਹੋਈ ਹੈ 100 ਮੁਹੱਲਾ ਕਲੀਨਿਕ 15 ਅਗਸਤ ਨੂੰ ਸਮਰਪਿਤ ਕਰਤੇ ਸੀ 400 ਮੁਹੱਲਾ ਕਲੀਨਿਕ ਅੱਜ ਲੋਕਾਂ ਨੂੰ ਸਮਰਪਿਤ ਕੀਤੇ ਜਾ ਰਹੇ ਨੇ 500 ਮੁਹੱਲਾ ਕਲੀਨਿਕ ਹੋ ਗਏ ਔਰ ਅਰਵਿੰਦ ਜੀ ਜਿਹੜੇ 100 ਅਸੀਂ 15 ਅਗਸਤ ਨੂੰ ਸਮਰਪਿਤ ਕੀਤੇ ਸੀ ਉਹਨਾਂ 'ਚ ਹੁਣ ਤੱਕ 10,26,000 ਤੋਂ ਜ਼ਿਆਦਾ ਲੋਕ ਜਿਹੜੇ ਨੇ ਉਹ OPD ਦਾ ਫਾਇਦਾ ਉਠਾ ਚੁੱਕੇ ਨੇ 10,26,000 ਤੋਂ ਜ਼ਿਆਦਾ ਅਤੇ 1,24,000 ਤੋਂ ਜ਼ਿਆਦਾ ਟੈਸਟ ਕਰਵਾ ਚੁੱਕੇ ਨੇ ਆਪਣੇ ਔਰ ਤੁਸੀਂ ਦੇਖ ਕੇ ਆਏ ਹੋ ਕਿ ਕਿਸ ਤਰ੍ਹਾਂ ਸ਼ਾਨਦਾਰ ਮੁਹੱਲਾ ਕਲੀਨਿਕ ਹੈ ਸਫਾਈ ਹੈ ਔਰ ਡਾਕਟਰ ਕੰਪਿਊਟਰ ਦੇ ਵਿੱਚ ਉਹਨਾਂ ਦੀ ਜਿਹੜੀ ਦਵਾਈ ਲਿਖਣੀ ਹੈ ਉਹ ਕੰਪਿਊਟਰ 'ਚ ਐਡ ਕਰ ਦਿੰਦੇ ਨੇ ਜਿੱਥੇ ਦਵਾਈ ਲੈਣੀ ਹੈ ਉੱਥੇ ਤੱਕ ਕੰਪਿਊਟਰ 'ਚ ਪਹੁੰਚ ਜਾਂਦੀ ਹੈ ਟੋਟਲ ਪੇਪਰਲੈਸ ਹੈ ਅਤੇ ਇੱਕ ਹੋਰ ਹੈ ਕਿ ਉਹਦਾ ਮਰੀਜ਼ ਦਾ ਰਿਕਾਰਡ ਉਹਦੇ ਫੋਨ 'ਤੇ ਅਸੀਂ ਦੇ ਦਿੰਦੇ ਹਾਂ ਉਹ ਪੰਜਾਬ ਦੇ ਵਿੱਚ ਜਿੱਥੇ ਮਰਜ਼ੀ ਜਾਵੇ ਆਪਣਾ ਫੋਨ ਨੰਬਰ ਕੱਢੇ ਤਾਂ ਉਹਦਾ ਸਾਰਾ ਪੁਰਾਣਾ ਰਿਕਾਰਡ ਜਿਹੜਾ ਕਿ ਉਹਨੂੰ ਕਿਹੜੀ ਕਿਹੜੀ ਦਵਾਈ ਦਿੱਤੀ ਗਈ ਉਹ ਸਾਰਾ ਨਿਕਲ ਕੇ ਆਊਗਾ ਜੀ ਸਾਨੂੰ ਇਹ ਸਾਡੇ ਲਈ ਰਿਸਰਚ ਦੇ ਵਿੱਚ ਵੀ ਕੰਮ ਆਊਗਾ ਅਸੀਂ 500 ਮੁਹੱਲਾ ਕਲੀਨਿਕ ਜਦੋਂ ਹੋ ਗਏ ਹੁਣ ਅੱਜ ਤਾਂ ਸਾਡੇ ਕੋਲ ਇੱਕ ਬਹੁਤ ਵਧੀਆ ਡਾਟਾ ਆਊਗਾ ਕਿ ਕਿੰਨੇ ਉੱਥੇ ਬੱਚੇ ਜਿਹੜੇ ਨੇ ਆਏ ਕਿਹੜੀ ਬਿਮਾਰੀ ਦਾ ਸ਼ਿਕਾਰ ਲੋਕ ਨੇ ਹੈਪੇਟਾਈਟਿਸ ਸੀ ਦੇ ਕਿੰਨੇ ਨੇ ਹਾਈਪਰਟੈਂਸ਼ਨ ਦੇ ਕਿੰਨੇ ਨੇ ਸ਼ੂਗਰ ਦੇ ਕਿੰਨੇ ਨੇ ਇਹਦੇ ਨਾਲ ਸਾਡੇ ਕੋਲ ਰਿਸਰਚ ਵਾਸਤੇ ਇੱਕ ਡਾਟਾ ਆਜੂਗਾ ਕਿ ਇਸ ਵਕਤ ਪੰਜਾਬ ਕਿਹੜੀ ਬਿਮਾਰੀ ਨਾਲ ਜੂਝ ਰਿਹਾ ਉਹਦਾ ਤਾਂ ਕਿ ਇਲਾਜ ਕੀਤਾ ਜਾ ਸਕੇ ਉਹਦੇ ਜਿਹੜੇ ਹੋਸਪਿਟਲ ਜਿਹੜੇ ਨੇ ਸਪੈਸ਼ਲਿਸਟ ਉਹਦੇ ਰੱਖੇ ਜਾ ਸਕਣ ਸੋ ਮੁਹੱਲਾ ਕਲੀਨਿਕ ਦਿੱਲੀ ਦਾ ਆਈਡੀਆ ਜਿਨ੍ਹਾਂ ਨੂੰ ਦੇਖਣ ਲਈ ਲੋਕ ਦੂਰੋਂ ਦੂਰੋਂ ਆਉਂਦੇ ਨੇ ਤੁਹਾਨੂੰ ਜਾਣ ਕੇ ਖੁਸ਼ੀ ਹੋਊਗੀ ਪਿੱਛੇ ਜੇ ਅਸੀਂ ਤੇਲੰਗਣਾ ਗਏ ਸੀ ਤਾਂ ਤੇਲੰਗਣਾ ਦੇ ਮੁੱਖ ਮੰਤਰੀ ਜੀ ਨੇ ਦਿੱਲੀ ਦੇ ਮੁਹੱਲਾ ਕਲੀਨਿਕ ਦੇਖ ਕੇ ਆਪਣੇ ਤੇਲੰਗਣਾ ਦੇ ਵਿੱਚ ਬਸਤੀ ਦਵਾਖਾਨੇ ਬਣਾਏ ਨੇ ਬਸਤੀ ਦਵਾਖਾਨੇ ਅਤੇ ਤਾਮਿਲਨਾਡੂ ਦੇ ਮੁੱਖ ਮੰਤਰੀ ਦਿੱਲੀ ਆਏ ਉਹਨਾਂ ਨੇ ਸਕੂਲ ਦੇਖੇ ਦਿੱਲੀ ਦੇ ਉਹਨਾਂ ਨੇ ਜਾ ਕੇ ਸਕੂਲ ਬਣਾਉਣੇ ਸ਼ੁਰੂ ਕੀਤੇ ਔਰ ਪਹਿਲੇ ਸਕੂਲ ਦਾ ਉਦਘਾਟਨ ਵੀ ਅਰਵਿੰਦ ਕੇਜਰੀਵਾਲ ਜੀ ਤੋਂ ਕਰਵਾਇਆ ਜਾ ਕੇ ਤਾਮਿਲਨਾਡੂ ਦੇ ਵਿੱਚ ਚੇਨਈ 'ਚ ਸੋ ਸਿੱਖਿਆ ਕਿਤੋਂ ਵੀ ਜਾ ਸਕਦਾ ਅਸੀਂ ਇੱਥੋਂ ਬਹੁਤ ਸਾਰੀਆਂ ਚੀਜ਼ਾਂ ਇਹੋ ਜਿਹੀਆਂ ਨੇ ਜਿਹੜੀਆਂ ਸਾਡੇ ਹੋਰ ਰਾਜ ਸਾਥੋਂ ਸਿੱਖ ਸਕਦੇ ਨੇ ਅਸੀਂ ਪਾਰਟੀ ਪੱਧਰ ਤੋਂ ਉੱਪਰ ਉੱਠ ਕੇ
ਅਸੀਂ ਡਿਵੈਲਪਮੈਂਟ ਦੀ ਗੱਲ ਕਰਦੇ ਹਾਂ, ਅਸੀਂ ਸਕੂਲਾਂ ਦੀ ਗੱਲ ਕਰਦੇ ਹਾਂ, ਹਸਪਤਾਲਾਂ ਦੀ ਗੱਲ ਕਰਦੇ ਹਾਂ, ਬਿਜਲੀ ਦੀ ਗੱਲ ਕਰਦੇ ਹਾਂ, ਸੜਕਾਂ ਦੀ ਗੱਲ ਕਰਦੇ ਹਾਂ, ਰੋਜ਼ਗਾਰ ਦੀ ਗੱਲ ਕਰਦੇ ਹਾਂ, ਅਸੀਂ ਇੰਡਸਟਰੀ ਦੀ ਗੱਲ ਕਰਦੇ ਹਾਂ, ਅਸੀਂ ਨਫ਼ਰਤ ਦੀਆਂ ਗੱਲਾਂ ਨਹੀਂ ਕਰਦੇ। ਸਾਡੀ ਰਾਜਨੀਤੀ ਨਫ਼ਰਤ ਦੀ ਰਾਜਨੀਤੀ ਨਹੀਂ ਹੈ। ਸਕੂਲ ਵੀ ਸ਼ੁਰੂ ਹੋ ਗਏ, ਸਕੂਲ ਆਫ ਐਮੀਨੈਂਸ 117 ਬਣਨੇ ਨੇ। ਪਹਿਲਾ ਸਕੂਲ ਆਫ ਐਮੀਨੈਂਸ ਮੋਹਾਲੀ ਦੇ ਵਿੱਚ ਸ਼ੁਰੂ ਹੋ ਗਿਆ। ਬੱਚਾ ਜਿਹੜੇ ਫੀਲਡ ਜਾਣਾ ਚਾਹੂਗਾ, ਜੇ ਸਪੋਰਟਸ ਵੱਲ ਜਾਣਾ, ਉਹਨੂੰ ਸਪੋਰਟਸ ਦੀ ਪੜ੍ਹਾਈ ਕਰਾਈ ਜਾਊਗੀ, 9ਵੀਂ 10ਵੀਂ 11ਵੀਂ 12ਵੀਂ। ਜੇ ਉਹਨੇ ਡਾਕਟਰੀ ਵੱਲ ਜਾਣਾ, ਉਹਨੂੰ ਡਾਕਟਰੀ 'ਤੇ ਧਿਆਨ ਦਿੱਤਾ ਜਾਊਗਾ, ਤਾਂ ਕਿ 12ਵੀਂ ਤੱਕ ਜਾਂਦੇ ਜਾਂਦੇ, ਕਾਲਜ ਤੱਕ ਜਾਂਦੇ ਜਾਂਦੇ, ਉਹ ਸਪੈਸ਼ਲਿਸਟ ਬਣ ਜਾਏ ਉਸ ਵਿਸ਼ੇ ਦਾ, ਜਿਹੜਾ ਵਿਸ਼ਾ ਉਹਦਾ ਮਨਪਸੰਦ ਹੈ। ਸੋ ਇਸ ਖੁਸ਼ੀ ਦੇ ਮੌਕੇ 'ਤੇ, ਔਰ ਇਹ ਸ਼ੁਰੂਆਤ ਵੀ ਅਸੀਂ ਉਸ ਪਵਿੱਤਰ ਸ਼ਹਿਰ ਤੋਂ ਕਰ ਰਹੇ ਹਾਂ ਜਿੱਥੇ ਦੁਨੀਆ ਆ ਕੇ ਨਤਮਸਤਕ ਹੁੰਦੀ ਹੈ, ਜਿੱਥੇ ਲੱਖਾਂ ਦੀ ਗਿਣਤੀ 'ਚ ਲੋਕ ਆ ਕੇ ਨਤਮਸਤਕ ਹੁੰਦੇ ਨੇ, ਭਾਵੇਂ ਉਹ ਦਰਬਾਰ ਸਾਹਿਬ ਹੋਵੇ, ਭਾਵੇਂ ਦੁਰਗਿਆਨਾ ਮੰਦਿਰ ਹੋਵੇ, ਭਾਵੇਂ ਰਾਮ ਤੀਰਥ ਹੋਵੇ। ਨਾਲ ਦੀ ਨਾਲ ਸ਼ਹੀਦਾਂ ਦੀ ਧਰਤੀ ਹੈ। ਮੇਰੇ ਖਿਆਲ 'ਚ ਮੈਂ ਸੋਚਦਾ ਸੀ ਕਿ ਅੰਮ੍ਰਿਤਸਰ ਦੇ ਵਿੱਚ ਸ਼ਹੀਦ ਊਧਮ ਭਗਤ ਸਿੰਘ ਹੋਰਾਂ ਦਾ ਲਗਭਗ ਟਿਕਾਣਾ ਦੂਜਾ, ਲਾਹੌਰ ਤੋਂ ਬਾਅਦ ਦੂਜਾ ਇੱਥੇ ਸੀ। ਸੋ ਸ਼ਹੀਦਾਂ ਦੀ ਚਰਨ ਛੋਹ ਪ੍ਰਾਪਤ ਧਰਤੀ ਹੈ, ਅੱਜ ਉਹਨਾਂ ਦੇ ਸੁਪਨਿਆਂ ਨੂੰ ਸਾਕਾਰ ਕਰ ਰਹੇ ਹਾਂ। ਕਿਉਂਕਿ ਸ਼ਹੀਦ ਊਧਮ ਭਗਤ ਸਿੰਘ ਹੋਰਾਂ ਨੂੰ ਕਦੇ ਵੀ ਇਹ ਚਿੰਤਾ ਨਹੀਂ ਸੀ ਕਿ ਆਜ਼ਾਦੀ ਆਊਗੀ ਜਾਂ ਨਾ, ਉਹਨਾਂ ਨੂੰ ਚਿੰਤਾ ਇਹੀ ਸੀ ਕਿ ਆਜ਼ਾਦੀ ਤੋਂ ਬਾਅਦ ਮੁਲਕ ਕਿਹੜੇ ਹੱਥਾਂ 'ਚ ਆਊਗਾ। ਉਹ ਚਿੰਤਾ ਵੀ ਉਹਨਾਂ ਦੀ ਸਹੀ ਸਾਬਤ ਹੋਈ ਹੈ। ਸਾਨੂੰ ਉਹਨਾਂ ਅੰਗਰੇਜ਼ਾਂ ਨੇ ਨਹੀਂ ਲੁੱਟਿਆ ਜਿਹਨਾਂ ਸਾਨੂੰ ਆਪਣਿਆਂ ਨੇ ਲੁੱਟ ਲਿਆ। ਸੋ ਇਹ ਲੁੱਟ ਜਿਹੜੀ ਹੈ ਉਹ ਆਮ ਆਦਮੀ ਪਾਰਟੀ ਬੰਦ ਕਰ ਰਹੀ ਹੈ। ਤੁਸੀਂ ਦੇਖਦੇ ਹੋਵੋਗੇ ਹਰ ਰੋਜ਼ ਕਰਪਸ਼ਨ ਦੇ ਅਗੇਂਸਟ ਐਕਸ਼ਨ ਹੁੰਦੇ ਨੇ। ਵੱਡੇ ਵੱਡੇ ਜਿਹੜੇ ਆਪਣੇ ਆਪ ਨੂੰ ਕਹਿੰਦੇ ਸੀ ਅਸੀਂ ਤਾਂ ਕਾਨੂੰਨ ਤੋਂ ਬਾਹਰ ਹਾਂ, ਕਾਨੂੰਨ ਦੇ ਦਾਇਰੇ ਤੋਂ ਬਾਹਰ ਹਾਂ। A South Asian Canadian channel.